ਇੱਕ ਟਰੈਕਟਰ ਟਰਾਲੀ ਨੇ ਸਕੂਟੀ ਸਵਾਰ ਨੂੰ ਟੱਕਰ ਮਾਰੀ ਹੈ ਜਿਸ ਦੇ ਕਾਰਨ ਸਕੂਟੀ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਕਿਸਾਨ ਦੱਸਿਆ ਜਾ ਰਿਹਾ ਇਹ ਸਕੂਟੀ ਸਵਾਰ ਜਿਸ ਦੀ ਪਹਿਚਾਣ ਲੱਖਾ ਸਿੰਘ ਵਜੋਂ ਹੋਈ ਹੈ। ਤਾਂ ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਕਿਸਾਨ ਦੀ ਮੌਤ ਹੋਈ ਹੈ। ਰਾਤ ਦੇ ਸਮੇਂ ਟਰੈਕਟਰ ਟਰਾਲੀ ਨੇ ਪਿੱਛੋਂ ਦੀ ਸਕੂਟੀ ਸਵਾਰ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਇਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਹਾਲਾਂਕਿ ਜੋ ਮ੍ਰਿਤਕ ਕਿਸਾਨ ਹੈ ਖੇਤੀਬਾੜੀ ਦੇ ਨਾਲ ਹੀ ਆਪਣੇ ਘਰ ਦਾ ਪੇਟ ਪਾਲਦਾ ਸੀ ਅਤੇ ਇਸਦੀ ਇੱਕ ਬੇਟੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਅਤੇ ਹੁਣ ਇਹ ਕਿਸਾਨ ਆਪਣੇ ਪਿੱਛੇ ਪੰਜਾਬ ਦੇ ਵਿੱਚ ਇੱਕ ਬੇਟਾ ਅਤੇ ਪਤਨੀ ਨੂੰ ਇਕੱਲਾ ਛੱਡ ਗਿਆ। ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਉੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਨਾਲ ਹਮੇਸ਼ਾ ਮਿਲ ਕੇ ਇਹ ਕਿਸਾਨ ਰਹਿੰਦਾ ਸੀ, ਪਰ ਬੀਤੀ ਰਾਤ ਨੂੰ ਅਚਾਨਕ ਹੀ ਕਿਸੇ ਟਰੈਕਟਰ ਟਰਾਲੀ ਨੇ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇਸਦੀ ਮੌਤ ਹੋ ਗਈ ਹੈ। ਹਾਲਾਂਕਿ ਜੋ ਬੇਟਾ ਹੈ ਉਹ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦਾ ਸੀ ਅਤੇ ਮਿਹਨਤ ਕਰਕੇ ਇਹ ਰੋਟੀ ਖਾਂਦੇ ਸੀ। ਤਾਂ ਦੱਸ ਦਈਏ ਕਿ ਹੁਣ ਇਸ ਕਿਸਾਨ ਦੀ ਮੌਤ ਹੋ ਗਈ ਹੈ, ਲੱਖਾ ਸਿੰਘ ਵਜੋਂ ਇਸਦੀ ਪਹਿਚਾਣ ਹੋਈ ਹੈ। ਤਾਂ ਨਾਭੇ ਦੇ ਵਿੱਚ ਦੇਰ ਰਾਤ ਹਾਦਸੇ 'ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਹਾਲਾਂਕਿ ਬੇਕਾਬੂ ਜੋ ਟਰੈਕਟਰ ਟਰਾਲੀ ਸੀ ਉਸਦਾ ਪਤਾ ਨਹੀਂ ਲੱਗ ਸਕਿਆ, ਪਰ ਫਿਲਹਾਲ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਨਾਭਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ 'ਚ ਕਿਸਾਨ ਦੀ ਮੌਤ ਹੋ ਗਈ ਹੈ। ਸਕੂਟੀ ਸਵਾਰ ਇਸ ਕਿਸਾਨ ਨੂੰ ਟਰੈਕਟਰ ਟਰਾਲੀ ਨੇ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਟਰੈਕਟਰ ਟਰਾਲੀ ਵਾਲਾ ਗਾਇਬ ਦੱਸਿਆ ਜਾ ਰਿਹਾ। ਫਿਲਹਾਲ ਪੁਲਿਸ ਜੋ ਹੈ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਜਿਸ ਦੇ ਵਿੱਚ ਹਾਦਸਿਆਂ ਦਾ ਪਤਾ ਲੱਗ ਸਕੇ ਕਿ ਆਖਰ ਕਿਵੇਂ ਇਹ ਭਿਆਨਕ ਹਾਦਸਾ ਵਾਪਰਿਆ। ਐਕਸੀਡੈਂਟ ਹੋਇਆ ਜੀ, ਜਦੋਂ ਫੌਰਨ ਕੋਈ ਪਿੰਡ ਦੇ ਬੰਦੇ ਜਾਂਦੇ ਉਹਨਾਂ ਨੇ ਫੋਨ ਕੀਤਾ ਜੀ, ਪਿੰਡ ਇਹਦੇ ਬੇਟੇ ਨੂੰ ਇੱਕ ਬੰਦਾ ਸਾਡੇ ਪਿੰਡ ਜਸਵੀਰ ਸਿੰਘ ਉਹ ਪਹਿਲਾਂ ਗਿਆ, ਜਿਹਦੇ ਨਾਲ ਨੇ ਸਾਰਾ ਪਿੰਡ ਅਸੀਂ ਇਕੱਠੇ ਹੋ ਗਏ ਇਹਨੂੰ ਚੱਕਿਆ ਜੀ। ਨਾਮ ਇਹਦਾ ਲੱਖਾ ਸਿੰਘ ਹੈ ਜੀ। ਉਮਰ ਲਗਭਗ 48 ਸਾਲ ਦੇ ਲਵੇ ਜੀ। ਇਹ ਇਹਦੇ ਕੋਲ ਐਕਟਿਵ ਹੈ ਜੀ ਆਪਦੀ। ਹਾਂ ਜੀ, ਪਿੰਡ ਜਾ ਰਹੇ ਜੀ। ਕਾਹਦੇ ਨਾਲ ਹੋਏ? ਇਹ ਹਾਲੇ ਸ਼ੋਅ ਨਹੀਂ। ਹਾਂ, ਮੌਕੇ 'ਤੇ ਹਾਲੇ ਅਸੀਂ ਦੇਖਦੇ ਵੀ ਕਿਵੇਂ ਆ ਐਕਸੀਡੈਂਟ ਨਾਲੇ ਹੋਈ ਆ ਮੌਤ ਐਕਸੀਡੈਂਟ ਬਿਲਕੁਲ ਕਿੱਥੇ ਸੱਟ ਲੱਗੀ ਹੋਈ ਸੀ ਜਾਂ ਤੁਸੀਂ ਦੇਖਿਆ? ਸਿਰ 'ਚ ਆਈ ਆ, ਉੱਥੇ ਵੀ ਬੜਾ ਸੀ। ਤੁਸੀਂ ਜਾ ਕੇ ਰਿਪੋਰਟ ਕਰੋ ਜੇ ਇੰਨਾ ਬਲੱਡ ਪਿਆ ਉੱਥੇ, ਜਾਣੀ ਕਿ ਸ਼ੰਕਾ ਹੋ ਗਈ ਤੀ ਵੀ ਇਹ ਤਾਂ ਬਹੁਤ ਜ਼ਿਆਦਾ ਸੱਟ ਆ ਬੰਦੇ। ਪਰਿਵਾਰ 'ਚ ਪਿੱਛੇ ਕੌਣ ਕੌਣ ਮੈਂਬਰ? ਇਹਦਾ ਬੇਟਾ ਜੀ, ਇਹਦੇ ਮੰਮੀ ਡੈਡੀ ਨੇ ਜੀ, ਉਹਦੇ ਮੇਸੀ ਜੀ ਹੋ ਗਏ ਜੀ, ਇਹਦੀ ਬੇਟੀ ਆ ਬਾਹਰ ਜੀ। ਬਾਹਰ ਰਹਿੰਦੀ? ਕਿੰਨਾ ਕੁ ਟਾਈਮ ਹੋਇਆ ਤੁਸੀਂ ਗਏ? ਉਹਨਾਂ ਨੂੰ ਤਾਂ ਲਗਭਗ ਹੋ ਗਏ ਹੋਣਗੇ ਜੀ 5 ਤੋਂ 6 ਸਾਲ ਦੇ। 5-6 ਸਾਲ ਜਿਹਦੀ ਡੈਥ ਹੋ ਗਈ ਮੌਕੇ 'ਤੇ ਹੋ ਗਈ ਫਿਰ? ਜਾਣੀ ਕਿ ਉਰੇ ਆ ਕੇ ਡਾਕਟਰਾਂ ਦੱਸਣ ਦੇ ਹਿਸਾਬ ਨਾਲ ਅਸੀਂ ਉਰੇ ਡੈਥ ਬਸ ਇੱਥੇ ਕੁਛ ਚੱਕ ਲਏ ਜੀ ਸਮਝ ਲਓ। ਹਾਂ, ਉੱਥੇ ਜਾ ਕੇ ਜਦੋਂ ਆਪਾਂ ਨੂੰ ਐਕਸੀਡੈਂਟ ਹੁੰਦਾ ਭੱਜਦੇ ਭੱਜਦੇ ਚੱਕ ਕੇ। ਹਾਂ, ਪਿੰਡ ਕਿਹੜਾ? ਪਿੰਡ ਕਮੇਲੀ ਆ ਜੀ। ਵੀਰੇ ਅਸੀਂ ਬਹੁਤ ਸਮਝਦੇ ਹੁਣ ਜਿਹੜੇ ਟ੍ਰੈਫਿਕ ਦੇ ਕਾਰਨ ਹਾਲੇ ਟਰਾਲੀਆਂ ਟਰੈਕਟਰ ਬੜੇ ਬੜੇ ਡੈੱਕ ਲਾ ਲੈਂਦੇ ਨੇ, ਅੱਗੇ ਪਿੱਛੇ ਦੇਖਦੇ ਨਹੀਂ ਹੈਗੇ, ਠੀਕ ਹੈ, ਨਹੀਂ ਜਾਣ ਦੀ ਕਾਹਲੀ ਕਰਦੇ ਨੇ, ਉਹ ਕਾਰਨ ਜੀ ਐਕਸੀਡੈਂਟ ਹੁੰਦੇ ਨੇ। ਉਹ ਆਪਦੇ ਆਪ ਨੂੰ ਤਾਂ ਦੇਖੀ ਜਾਂਦੇ ਨੇ ਅੱਗੇ ਵੱਡੇ ਵੱਡੇ ਡੈੱਕ ਲਾ ਕੇ, ਪਰ ਟ੍ਰੈਫਿਕ ਵਾਲੇ ਨੂੰ ਦੇਖਦੇ ਕਿ ਕੁਛ ਵੀ, ਉਹ ਕਾਰਨ ਜੀ ਇਹ ਘਟਨਾ ਵਾਪਰੀ ਆ। ਲਾਪਰਵਾਹੀ? ਲਾਪਰਵਾਹੀ ਨਾਲ ਘਟਨਾ ਵਾਪਰੀ ਜੀ। ਦੇਖੋ ਚੀਜ਼ ਵਿੱਚ ਲੱਗੇ ਆ, ਪੂਰਾ ਖਿੱਚ ਕੇ ਬੰਦਾ ਲੈ ਕੇ ਗਿਆ, ਰੋਡ ਦੇ ਉੱਪਰ ਖਿੱਚ ਕੇ ਲੈ ਕੇ ਗਿਆ, ਖਿੱਚ ਕੇ ਮਨ ਖਿੱਚਣ ਨਾਲ ਇਹਦੀ ਮੌਤ ਹੋਈ ਹੈ ਜੀ। ਟਰਾਲੀ ਨਾਲ? ਬਿਲਕੁਲ ਟਰਾਲੀ ਨਾਲ। ਜੀਓ ਚਲਿਆ ਗਿਆ ਪਰਿਵਾਰ ਦਾ? ਬਿਲਕੁਲ ਜੀ, ਬਿਲਕੁਲ। ਹਾਂ ਜੀ, ਹਾਂ ਜੀ, ਕੋਈ ਹੱਲ ਨਹੀਂ ਰਿਹਾ, ਬੱਚਾ ਵੀ ਨਹੀਂ ਆਉਣਾ ਜੀ, ਕੁਛ ਇਹਦੀ ਵੀ ਨਹੀਂ ਉਮਰ ਹੈਗੀ। ਖੇਤੀਬਾੜੀ ਕਰਦੇ ਸੀ? ਖੇਤੀਬਾੜੀ। ਹਾਂ ਜੀ, ਇੱਕ ਆਪਣੀ ਗੁੱਡੀਆ ਦੀ ਇਹਨਾਂ ਦੀ ਵੱਡੀ, ਇੱਕ ਆ ਬੱਚਾ ਜੀ ਛੋਟਾ, ਦੋ ਕੁਮਾਰੇ ਨੇ ਜੀ। ਹਾਂ ਜੀ, ਡੈੱਕਾ, ਹਾਂ ਜੀ, ਟਰੈਕਟਰ ਡੱਕਰਦੇ ਨੇ ਪੂਰੇ ਜੀ। ਹਾਂ ਜੀ, ਬੜੇ ਡੈੱਕ ਲਾਏ ਹੋਏ ਨੇ, ਇਹ ਬੰਦ ਹੋਣੇ ਚਾਹੀਦੇ ਨੇ, ਇਹ ਸਰਕਾਰ ਨੂੰ ਹੋਣਾ ਚਾਹੀਦਾ ਜੀ, ਸਾਰੇ ਲਾਉਣੇ ਚਾਹੀਦੇ ਨੇ। ਇਹ ਬਹੁਤ ਗਲਤ ਕੰਮ ਆ, ਗੈਲ ਨਹੀਂ ਦਿਖਦਾ ਜੀ ਕੋਈ ਡੈੱਕ ਨਾਲ, ਕੋਈ ਕੋਈ ਵੀ ਦੇ ਐਮ ਐਲ ਏ ਪਿਆ ਕੋਈ ਵੀ ਬਹਿ ਕੇ ਦੇਖ ਲਿਆ ਟਰੈਕਟਰ ਦੇ ਪਿੱਛੇ, ਦੇਖੋ ਵੀ ਦਿਖਦਾ।
ਆਪ ਚਲਾ ਕੇ ਦੇਖੇ ਸਰਕਾਰ ਪੇਟ ਦਾ ਪਤਾ ਲੱਗਦਾ, ਡੈਕ ਚ ਤਾਂ ਪਤਾ ਨਹੀਂ ਲੱਗਦਾ, ਨਾ ਪਤਾ ਨਹੀਂ ਲੱਗਦਾ, ਜਮੀ ਪਤਾ ਨਹੀਂ ਲੱਗਦਾ। ਟਰਾਲੀ ਵਿੱਚ ਵੀ ਕੋ ਪਛਾਦੂ ਜੀ ਗੈਲ ਗੈਲ ਕਿਹੜੀ ਹਦਾਈ, ਉਹ ਬੰਦਾ ਡੈਕ 'ਚ ਉਹਦੀ ਆਵਾਜ਼ ਰਹੂਗੀ ਜੀ, ਵਿਅਕ ਕੋ ਜੋ ਮਰਜ਼ੀ ਗੈਲ ਖੜਕਾ ਹੁੰਦਾ ਹੀ ਆਵੇ, ਜੇ ਨਹੀਂ ਡੈੱਕ ਹੋਊਗਾ ਮਾੜਾ ਕੋਈ ਕੁੰਡਾ ਵੀ ਖੜਕੋ ਉਹ ਵੀ ਪਤਾ ਲੱਗੂਗਾ ਵੀ ਆਹ ਟਰਾਲੀ ਦਾ ਕੁੰਡਾ ਖੁੱਲ ਗਿਆ ਜੀ। ਲੱਖਾ ਸਿੰਘ ਜਾ ਕਿੱਥੇ ਰਹੇ ਸੀਗੇ? ਹਾਂਜੀ ਇਹ ਪਿੰਡ ਨੂੰ ਜਾ ਰਹੇ ਸੀ, ਨਾਭੇ ਤੋਂ ਪਿੰਡ ਨੂੰ ਜਾ ਰਹੇ ਸੀ, ਵਾਪਸ ਆਪਣੇ ਪਿੰਡ। ਹਾਂ ਵਾਪਸ ਆ ਰਹੇ ਸੀ, ਪਿੰਡ ਦੇ ਲਵੀ ਲੱਗੇ ਸੀ। ਪਿੰਡ ਤੋਂ ਕਿੰਨੇ ਕਿਲੋਮੀਟਰ ਤੇ ਹੋਇਆ? ਪਿੰਡ ਤੋਂ ਜੀ 1.5 ਕਿਲੋਮੀਟਰ ਹੈ, 1.5 ਕਿਲੋਮੀਟਰ ਫਰਕ ਹੈ। ਐਗਜ਼ੈਕਟ ਹੋਇਆ ਕਿੱਥੇ ਜਾ? ਇਹ ਆਪਣੇ ਸਵਿੱਤਰੀ ਸਕੂਲ ਤੋਂ ਪਿੱਛੇ ਹੋਇਆ। ਹਾਂ ਜੀ ਕੌਲ ਟੱਪ ਕੇ ਮੰਡੀ ਟੱਪ ਕੇ ਜੀ ਸਵਿੱਤਰੀ ਸਕੂਲ ਦੇ ਗੱਬੇ ਹੋਇਆ ਜੀ ਬਸ।